वाहिगुरु जी का खालसा, वाहिगुरु जी की फतेह। दास परमजीत सिंह पट्टी, पिंड डसका, जिला संगरूर। हर ऐतवार नूं पिंड डसके दे विच आपां मरीजां नूं मिलदे हां, जिहड़े कई कई सालां तों छोटी तों लैके वड्डी बीमारी दे नाल जूझ रहे है। कई कई सालां तों दवाइयां खा खा के अक थक चुके हो, पैसे भी सेहत दी बर्बादी कर चुके हो, कितों भी ठीक नहीं हो रहे। कई कई सालां तों एलोपैथी दवाइयां खा रहे हो, तां जरूर मैनूं ऐतवार नूं मिल के अपनी नब्ज़ दिखा के अपने छोटे तों लैके वड्डे रोग तक अपने इलाज आयुर्वेदिक जड़ी बूटियां दे नाल करवा सकदे हो। सो हर ऐतवार नूं पिंड डसके दे विच मैं मरीजां नूं मिलदा, सवेरे 6 बजे तों लैके शाम दे 7 बजे तक। तुसीं मैनूं मिल के अपने रोगां दा इलाज करवा सकदे हो। वड्डी तों वड्डी बीमारियां दे विच पहले 2-4 दिनां दे विच ही 10% तुहानूं फर्क दिस जांदा है, क्योंकि साडियां देसी जड़ी बूटियां चमत्कारी एक आपदा रिजल्ट रखदियां ने। सो जिन्हां ने हाले तक साढ़े चैनल नूं सबसक्राइब नहीं किया, वह जरूर तुहाडी स्क्रीन ते जो लाल बटन दिस रहा है इहनूं दबा के नाल घंटी वाला बटन दबा के साढ़े चैनल दे हिस्सेदार बन जाओ, तां जो हर एक वीडियो तुहाडे तक पहुँच सके और तुसीं अगे इस ज्ञान नूं वंड सको। कोशिश यही करी दी है भी जो मेरे कोले जिन्ना क ज्ञान है मैं तुहाडी झोली दे विच पा दियां। महापुरशां दे दसे होए, साडे ऋषियां मुनियां दे दसे होए जो साडी सेहत नूं तंदुरुस्त रखण, साडे जीवन नूं खुश रखण वाले ये नुक्से तुहाडी झोली दे विच पै जाण और तुसीं अगे भी दस सको, तां जो आपां किसी दुखी नूं सुखी कर सकीए, किसी रोगी नूं तंदुरुस्त रखीए, ਤਾਂ ਜੋ ਕੋਈ ਇਸ ਸੰਸਾਰ ਦੇ ਵਿੱਚ ਦੁਖੀ ਨਾ ਰਹੇ। ਸੋ ਘਰ ਘਰ ਦੇ ਵਿੱਚ ਵੈਦ ਬਣੇ, ਘਰ ਘਰ ਦੇ ਵਿੱਚ ਤੁਸੀਂ ਆਪਣੇ ਆਪ ਡਾਕਟਰ ਬਣੋ, ਤਾਂ ਜੋ ਸਾਨੂੰ ਆਪਣੀ ਸਿਹਤ ਦੀ ਖਾਤਰ ਧੱਕੇ ਨਾ ਖਾਣੇ ਪੈਣ। ਕੋਸ਼ਿਸ਼ ਕਰੋ ਆਪਣਾ ਖਾਣ ਪੀਣ ਹੈ ਜਿਹੜਾ ਉਹਨੂੰ ਬਦਲੋ, ਕੋਸ਼ਿਸ਼ ਕਰੋ ਸਿੰਪਲ ਖਾਣਾ ਸਿੰਪਲ ਪਹਿਨਣ 'ਤੇ ਆ ਜਾਓ, ਕੁਦਰਤ ਦੇ ਨਾਲ ਇੱਕਮਿੱਕ ਹੋਣਾ ਸਿੱਖ ਲਓ, ਤਾਂ ਜੋ ਸਾਨੂੰ ਰੋਗ ਆਉਣ ਹੀ ਨਾ। ਅੱਜ ਰੋਗਾਂ ਦਾ ਵੱਡਾ ਕਾਰਨ ਇਹੀ ਹੈ ਵੀ ਅਸੀਂ ਕੁਦਰਤ ਤੋਂ ਬਹੁਤ ਦੂਰ ਚਲੇ ਗਏ, ਆਪਣੀ ਹੋਂਦ ਤੋਂ ਬਹੁਤ ਦੂਰ ਚਲੇ ਗਏ। ਅੱਜ ਫੈਸ਼ਨ ਦੇ ਵਿੱਚ ਆ ਕੇ ਅਸੀਂ ਐਸੀਆਂ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੱਤੀਆਂ, ਐਸੀਆਂ ਚੀਜ਼ਾਂ ਪਹਿਨਣੀਆਂ ਸ਼ੁਰੂ ਕਰ ਦਿੱਤੀਆਂ, ਐਸਾ ਰਹਿਣ ਸਹਿਣ ਕਰ ਲਿਆ ਵੀ ਅਸੀਂ ਕੁਦਰਤ ਤੋਂ ਉਲਟ ਚੱਲਣ ਲੱਗ ਪਏ। ਅਤੇ ਉਲਟ ਤੋਂ ਕੁਦਰਤ ਤੋਂ ਜਦੋਂ ਉਲਟ ਚੱਲੋਂਗੇ, ਆਪਣੇ ਧੁਰੇ ਤੋਂ ਉਲਟ ਚੱਲੋਂਗੇ ਤਾਂ ਧੋਖੇ ਹੀ ਖਾਓਗੇ। ਸੋ ਆਓ ਰਲ ਮਿਲ ਕੇ ਆਪਾਂ ਤੰਦਰੁਸਤ ਹੋਈਏ। ਅੱਜ ਇੱਕ ਵਿਸ਼ਾ ਸੀਗਾ, ਹੈ ਤਾਂ ਬੜਾ ਭਿਆਨਕ, ਕਿਉਂਕਿ ਸਾਰੇ ਰੋਗਾਂ ਦੀ ਜੜ੍ਹ ਹੈ ਉਹ ਜਿਹਨੂੰ ਅਸੀਂ ਕਹਿੰਦੇ ਹਾਂ ਕਬਜ਼। ਕਬਜ਼ ਹੈ ਜਿਹੜੀ, ਕਿਸੇ ਨੇ ਸਵਾਲ ਕੀਤਾ ਸੀ ਕਦੇ ਕਿਸੇ ਰਿਸ਼ੀ ਮੁਨੀ ਨੂੰ ਕਿ ਇਸ ਸੰਸਾਰ ਦੇ ਵਿੱਚ ਨਿਰੋਗੀ ਕੌਣ ਹੈ, ਖੁਸ਼ ਕੌਣ ਹੈ, ਸੁਖੀ ਕੌਣ ਹੈ, ਤੰਦਰੁਸਤ ਕੌਣ ਹੈ। ਅਤੇ ਰਿਸ਼ੀ ਨੇ ਅੱਗੋਂ ਜਵਾਬ ਦਿੱਤਾ ਸੀ, ਜਿਹੜਾ 2 ਟਾਈਮ ਰੱਜ ਕੇ ਖਾਂਦਾ ਅਤੇ ਜਿਹਦਾ ਪੇਟ ਬਿਲਕੁਲ ਸਾਫ਼ ਰਹਿੰਦਾ, ਉਹਨੂੰ ਪਚਾਉਣ ਦੀ ਹਿੰਮਤ ਰੱਖਦਾ ਸਰੀਰ ਔਰ ਉਸ ਮਲ ਨੂੰ ਬਾਹਰ ਕੱਢਣ ਦੀ ਹਿੰਮਤ ਰੱਖਦਾ, ਉਹ ਬੰਦਾ ਇਸ ਸੰਸਾਰ ਦੇ ਵਿੱਚ ਖੁਸ਼ ਹੈ, ਤੰਦਰੁਸਤ ਹੈ, ਖੁਸ਼ੀ ਹੈ। ਸੋ ਕਬਜ਼ ਜਿਹਨੂੰ ਹੋ ਜੇ, ਕਹਿੰਦੇ ਨੇ ਸਾਰੇ ਰੋਗਾਂ ਦੀ ਜੜ੍ਹ ਕਬਜ਼ ਹੈ, ਸਾਰੇ ਰੋਗਾਂ ਦਾ ਘਰ ਕਬਜ਼ ਹੈ। ਜ਼ਿਆਦਾਤਰ ਹੋਣ ਦੇ ਕਾਰਨ ਬਹੁਤ ਨੇ, ਜੇ ਤੋ ਅਸੀਂ ਕਿਸੇ ਬਿਮਾਰੀ ਦੀ ਲੰਮੀ ਦਵਾਈ ਖਾਂਦੇ ਹੋ ਐਲੋਪੈਥੀ, ਉਹਦੇ ਨਾਲ ਵੀ ਤੁਹਾਨੂੰ ਕਬਜ਼ ਹੋ ਜਾਂਦੀ ਹੈ। ਕੋਈ ਤੁਸੀਂ ਸਰਜਰੀ ਕਰੀ ਆ ਉਹਦੇ ਨਾਲ ਵੀ ਕਬਜ਼ ਹੋ ਜਾਂਦੀ ਹੈ। ਲੰਮਾ ਸਮਾਂ ਤੁਸੀਂ ਡਰਾਈਵਰੀ ਕਰਦੇ ਹੋ ਜਾਂ ਲੰਮਾ ਸਮਾਂ ਬੈਠਣ ਦਾ ਕੋਈ ਕੰਮ ਕਰਦੇ ਹੋ ਉਹਦੇ ਨਾਲ ਵੀ ਕਬਜ਼ ਹੋ ਜਾਂਦੀ ਹੈ। ਪਾਣੀ ਬਹੁਤ ਘੱਟ ਤੁਸੀਂ ਪੀਣਾ ਸ਼ੁਰੂ ਕਰਦੇ ਹੋ, ਜਦੋਂ ਪਾਣੀ ਦੀ ਵਰਤੋਂ ਬਹੁਤ ਘੱਟ ਕਰਦੇ ਹੋ ਤਾਂ ਉਦੋਂ ਵੀ ਇਹ ਕਬਜ਼ ਹੋ ਜਾਂਦੀ ਹੈ ਤੁਹਾਡੇ ਸਰੀਰ ਦੇ ਵਿੱਚ। ਸਹੀ ਟਾਈਮ 'ਤੇ ਖਾਣਾ, ਸਹੀ ਟਾਈਮ 'ਤੇ ਪੀਣਾ, ਜਦੋਂ ਤੁਸੀਂ ਇਹਨਾਂ ਚੀਜ਼ਾਂ ਤੋਂ ਅਣਦੇਖੀ ਕਰਦੇ ਹੋ, ਇਸ ਨਾਲ ਵੀ ਤੁਹਾਡੇ ਸਰੀਰ ਦੇ ਵਿੱਚ ਕਬਜ਼ ਹੋ ਜਾਂਦੀ ਹੈ। ਔਰ ਜ਼ਿਆਦਾ ਚਾਹ ਪੀਣਾ, ਜ਼ਿਆਦਾ ਠੰਡੀਆਂ ਚੀਜ਼ਾਂ ਪੀਣੀਆਂ, ਬਜ਼ਾਰੂ ਚੀਜ਼ਾਂ ਦੀ ਵਰਤੋਂ ਕਰਨੀ, ਤੇਜ਼ ਮਸਾਲੇ, ਜ਼ਿਆਦਾ ਕੈਮੀਕਲ ਵਾਲੀਆਂ ਚੀਜ਼ਾਂ ਦੀ ਜਦੋਂ ਵਰਤੋਂ ਕਰਦੇ ਹੋ
ਤਾਂ ਵੀ ਤੁਹਾਡੇ ਸਰੀਰ ਦੇ ਵਿੱਚ ਕਬਜ਼ ਹੋ ਜਾਂਦੀ ਹੈ। ਵੱਡੀ ਅੰਤੜੀ ਤੁਹਾਡੀ ਪੂਰੀ ਤਰ੍ਹਾਂ ਸਾਫ਼ ਨਹੀਂ ਹੁੰਦੀ, ਮਲ ਅੰਦਰ ਸੁੱਕਣ ਲੱਗ ਜਾਂਦਾ ਹੈ, ਜਿਹਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਕਬਜ਼ੀ ਬਣ ਜਾਂਦੀ ਹੈ। ਔਰ ਇਹ ਤੋਂ ਜਿਹੜਾ ਪਹਿਲਾ ਰੋਗ ਸ਼ੁਰੂ ਹੁੰਦਾ ਹੈ ਉਹ ਕਬਜ਼ ਤੋਂ, ਉਹ ਹੈ ਬਵਾਸੀਰ, ਖੂਨੀ ਬਾਦੀ, ਮੌਕਿਆਂ ਵਾਲੀ, ਪਗੰਦਰ, ਇਹ ਸਾਰੇ ਇਸੇ ਦੀ ਹੈ। ਇੱਕ ਕਬਜ਼ ਤੋਂ ਲੈ ਕੇ ਕੈਂਸਰ ਤੱਕ ਦੀ ਸਟੇਜ ਦੀ ਇਹ ਜੜ੍ਹ ਹੈ। ਸੋ ਕੋਸ਼ਿਸ਼ ਕਰੋ ਤੁਹਾਡੇ ਸਰੀਰ ਦੇ ਵਿੱਚ ਕਬਜ਼ ਨਾ ਰਵੇ। ਉਹਦੇ ਵਾਸਤੇ ਤੁਹਾਡੇ ਕੋਲ ਬੜਾ ਕੁਛ ਹੈ ਯਾਰ ਕੁਦਰਤ ਦੇ ਵਿੱਚ। ਦੇਖੋ ਹੁਣ ਗਰਮੀਆਂ ਆ ਗਈਆਂ, ਅਮਰੂਦ ਦਾ ਮੌਸਮ ਆ ਜਾਣਾ, ਅਮਰੂਦ ਤੁਸੀਂ ਵੱਧ ਤੋਂ ਵੱਧ ਖਾਓ ਤਾਂ ਤੁਹਾਨੂੰ ਕਬਜ਼ ਹੋ ਹੀ ਨਹੀਂ ਸਕਦੀ। ਸੇਬ ਹੈ, ਸੇਬ ਵੱਧ ਤੋਂ ਵੱਧ ਖਾਓ, ਸੇਬ ਦੇ ਨਾਲ ਵੀ ਤੁਹਾਨੂੰ ਕਬਜ਼ ਨਹੀਂ ਹੋ ਸਕਦੀ ਕਦੇ ਵੀ। ਗੁਲਕੰਦ ਹੈ, ਗੁਲਾਬ ਦੇ ਫੁੱਲ ਹੈ ਉਹਨਾਂ ਦਾ, ਤੁਸੀਂ ਗੁਲਕੰਦ ਬਣਾ ਲਓ, ਉਹਦੇ ਨਾਲ ਵੀ ਤੁਹਾਨੂੰ, ਉਹ ਖਾਣ ਨਾਲ ਵੀ ਤੁਹਾਨੂੰ ਕਦੇ ਵੀ ਜ਼ਿੰਦਗੀ 'ਚ ਕਬਜ਼ ਨਹੀਂ ਹੋ ਸਕਦੀ। ਆਂਵਲਾ ਹੈ ਧਰਤੀ ਦੇ ਉੱਤੇ ਅੰਮ੍ਰਿਤ, ਉਹਦੇ ਨਾਲ ਵੀ ਤੁਹਾਨੂੰ ਕਦੇ ਕਬਜ਼ ਨਹੀਂ ਹੋ ਸਕਦੀ। ਸੋ ਇਹ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਕਬਜ਼ ਤੋਂ ਬਚਾਉਂਦੀਆਂ ਨੇ। ਜ਼ਿਆਦਾ ਵੱਧ ਤੋਂ ਵੱਧ ਪਾਣੀ ਪੀਓ, 14-15 ਗਲਾਸ ਦਿਨ ਦੇ ਵਿੱਚ ਪਾਣੀ ਦੇ ਪੀਣੇ ਸ਼ੁਰੂ ਕਰ ਦਿਉ। ਪਾਣੀ ਘੁੱਟ ਘੁੱਟ ਕਰਕੇ ਪੀਣਾ ਸ਼ੁਰੂ ਕਰ ਦਿਉ, ਘੜੇ ਦਾ ਗਰਮੀਆਂ 'ਚ, ਸਿਆਲ 'ਚ ਗਰਮ ਪਾਣੀ ਪੀਣਾ ਸ਼ੁਰੂ ਕਰ ਦਿਉ। ਸਵੇਰੇ ਖਾਲੀ ਪੇਟ 1 ਲੀਟਰ ਗਰਮ ਪਾਣੀ ਘੁੱਟ ਘੁੱਟ ਕਰਕੇ ਪੀਣਾ ਸ਼ੁਰੂ ਕਰ ਦਿਉ ਤਾਂ ਕਬਜ਼ ਰਹੇਗੀ ਨਹੀਂ। ਇਹ ਨੁਸਖੇ ਨੇ, ਇਹ ਛੋਟੀਆਂ ਛੋਟੇ ਗਿਆਨ ਦੀਆਂ ਗੱਲਾਂ ਜਿਹੜੀਆਂ ਸਾਡੇ ਰਿਸ਼ੀਆਂ ਮੁਨੀਆਂ ਨੇ, ਪੀਰਾਂ ਫਕੀਰਾਂ ਨੇ, ਗੁਰੂਆਂ ਨੇ ਦੱਸੀਆਂ ਨੇ, ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਤੁਸੀਂ ਅਜਮਾਓ ਤਾਂ ਮੈਂ ਕਹਿ ਸਕਦਾ ਰੋਗ ਆ ਹੀ ਨਹੀਂ ਸਕਦਾ। ਪਰ ਹੁਣ ਜਿਨ੍ਹਾਂ ਨੂੰ ਕਬਜ਼ ਆ ਗਈ ਹੈ ਉਹਦੇ ਵਾਸਤੇ ਬੜਾ ਸਿੰਪਲ ਜਿਹਾ ਔਰ ਬਹੁਤ ਪਾਵਰਫੁੱਲ ਨੁਸਖਾ ਤੁਹਾਡੀ ਝੋਲੀ 'ਚ ਪਾਉਣ ਲੱਗਿਆ। ਤੁਸੀਂ ਸੌਂਫ ਲੈ ਲਓ 100 ਗ੍ਰਾਮ, ਜੰਗ ਹਰੜ, ਛੋਟੀ ਹਰੜ ਨੂੰ ਜੰਗ ਹਰੜ ਕਹਿੰਦੇ ਹਾਂ ਆਪਾਂ, ਛੋਟੀ ਹਰੜ ਇਹ ਵੀ 100 ਗ੍ਰਾਮ ਲੈ ਲਓ। ਇਸ਼ਵ ਗੋਲ ਦਾ ਬੁਰਾਦਾ ਜਿਹੜਾ ਉਹ ਵੀ ਤੁਸੀਂ 100 ਗ੍ਰਾਮ ਲੈ ਲਓ। ਇਸੇ ਤਰ੍ਹਾਂ ਤੁਸੀਂ ਸਰਨੈ ਪੱਤੀ ਇਹ ਵੀ ਤੁਸੀਂ 100 ਗ੍ਰਾਮ ਲੈ ਲਓ। ਇਸੇ ਤਰ੍ਹਾਂ ਤੁਸੀਂ ਜਿਹੜਾ ਜੁਲਾਬਾ ਹਰੜ ਹੈ ਇਹ ਵੀ 100 ਗ੍ਰਾਮ ਲੈ ਲਓ। ਇਹ ਸਾਰੀਆਂ ਚੀਜ਼ਾਂ ਲੈ ਕੇ ਇਹਨਾਂ 'ਚੋਂ ਦੋ ਚੀਜ਼ਾਂ ਨੇ ਜਿਹੜੀਆਂ ਉਹ ਤੁਸੀਂ ਭੁੰਨਣੀਆਂ ਨੇ। ਸੌਂਫ ਹੈ ਜਿਹੜੀ, ਉਹਦੇ 'ਚ ਕੁਛ ਤੇਲ ਨਹੀਂ ਪਾਉਣਾ, ਕੁਛ ਨਹੀਂ ਪਾਉਣਾ, ਵੈਸੇ ਸੁੱਕੀ ਭੁੰਨਣੀ ਹੈ ਕੜਾਹੀ ਦੇ ਵਿੱਚ। ਜਦੋਂ ਹਲਕੀ ਪੀਲੇ ਜਿਹੇ ਰੰਗ ਦੀ ਹੋ ਗਈ, ਭੂਰੀ ਜੀ ਹੋ ਗਈ, ਤਾਂ ਇਹਨੂੰ ਉਤਾਰ ਕੇ ਪੀਸ ਲੈਣਾ। ਜੰਗ ਹਰੜ ਦਾ ਜਿਹੜਾ ਉਹਨੂੰ ਘਿਓ ਦੇ ਵਿੱਚ ਭੁੰਨਣਾ ਹੈ। ਕੜਾਹੀ ਦੇ ਵਿੱਚ 1 ਚਮਚਾ ਦੇਸੀ ਘਿਓ ਦਾ ਪਾ ਕੇ ਉਹਦੇ ਵਿੱਚ 100 ਗ੍ਰਾਮ ਜੰਗ ਹਰੜਾਂ ਪਾ ਕੇ ਭੁੰਨਣੀਆਂ ਸ਼ੁਰੂ ਕਰੋ ਤਾਂ ਇਹ ਫੁੱਲ ਜਾਣਗੀਆਂ ਔਰ ਭੂਰੇ ਰੰਗ ਦੀਆਂ ਹੋ ਜਾਣਗੀਆਂ। ਇਹਨਾਂ ਨੂੰ ਉਦੋਂ ਬਾਅਦ ਸੁਕਾ ਕੇ ਇਹਨਾਂ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਪੀਸ ਲਓ। ਇਹਨਾਂ ਦੋਨਾਂ ਚੀਜ਼ਾਂ ਨੂੰ ਭੁੰਨਣਾ ਹੈ ਤੁਸੀਂ, ਸੌਂਫ ਨੂੰ ਬਿਨਾਂ ਘਿਓ ਤੋਂ, ਹਰੜਾਂ ਨੂੰ ਘਿਓ ਦੇ ਵਿੱਚ ਭੁੰਨਣਾ ਚਮਚੇ 1 ਦੇ ਵਿੱਚ। ਸੋ ਚੰਗੀ ਤਰ੍ਹਾਂ ਪੀਸ ਕੇ ਬਾਕੀ ਦੀਆਂ ਚੀਜ਼ਾਂ, ਜਿਹੜੀ ਜੁਲਾਬਾ ਹਰੜ ਹੈ ਉਹਨੂੰ ਐਸੇ ਪੀਸ ਲੈਣਾ ਔਰ ਤੁਸੀਂ ਸਰਨੈ ਪੱਤੀ ਹੈ ਜਿਹੜੀ ਉਹਨੂੰ ਵੀ ਐਸੇ ਪੀਸ ਲੈਣਾ। ਬੁਰਾਦਾ ਜਿਹੜਾ ਉਹ ਤੁਹਾਨੂੰ ਪੀਸਿਆ ਪਸਾਏ ਮਿਲੇਗਾ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਸ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ 1 ਚਮਚਾ ਸਵੇਰੇ 1 ਚਮਚਾ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਗਰਮ ਪਾਣੀ ਦੇ ਨਾਲ ਲੈਣਾ ਸ਼ੁਰੂ ਕਰ ਦਿਉ ਤਾਂ ਤੁਹਾਨੂੰ ਕਬਜ਼ ਜੇ ਹੈ ਤਾਂ ਉਹ ਬਿਲਕੁਲ ਨੋਰਮਲੀ ਤਰੀਕੇ ਦੇ ਨਾਲ ਠੀਕ ਹੋ ਜਾਏਗੀ। ਕੋਈ ਤੁਹਾਨੂੰ ਦਸਤ ਨਹੀਂ ਲੱਗਣਗੇ, ਕੋਈ ਤੁਹਾਨੂੰ ਜੁਲਾਬਾ ਨਹੀਂ ਲੱਗੇਗਾ, ਬਸ ਨੋਰਮਲੀ ਸਿੰਪਲ ਕੁਦਰਤੀ ਤਰੀਕੇ ਨਾਲ ਤੁਹਾਡੀ ਕਬਜ਼ ਹੈ ਜਿਹੜੀ ਵੱਡੀ ਅੰਤਰੀ ਹੈ ਜਿਹੜੀ ਉਹ ਤੁਸੀਂ ਰਾਤ ਨੂੰ ਖਾਓਗੇ ਸਵੇਰ ਨੂੰ ਬਿਲਕੁਲ ਵੱਡੀ ਅੰਤਰੀ ਸਾਫ਼ ਹੋ ਜਾਏਗੀ। ਸਵੇਰੇ ਖਾਓਗੇ ਸ਼ਾਮ ਤੱਕ ਤੁਹਾਡੀ ਵੱਡੀ ਅੰਤਰੀ ਹੈ ਜਿਹੜੀ ਉਹ ਸਾਫ਼ ਹੋ ਜਾਏਗੀ। ਸੋ ਇਹ ਤਾਂ ਹੈ ਇਲਾਜ ਉਹਨਾਂ ਵਾਸਤੇ ਜਿਨ੍ਹਾਂ ਨੂੰ ਕਬਜ਼ ਹੋ ਗਈ। ਕਬਜ਼ ਹੋਵੇ ਹੀ ਨਾ ਤਾਂ ਉਹਦੇ ਵਾਸਤੇ ਤੁਹਾਡੇ ਕੋਲ ਕੁਦਰਤ ਦੇ ਵਿੱਚ ਬੜਾ ਕੁਛ ਹੈ ਯਾਰ। ਰੋਜ਼ਾਨਾ ਤੁਸੀਂ ਸਵੇਰੇ ਉੱਠਣ ਸਾਰ ਖਾਲੀ ਪੇਟ ਊਸ਼ਾ ਪਾਨ ਜਾਂ ਅੰਮ੍ਰਿਤ ਵੇਲੇ ਅਸੀਂ ਕਹਿ ਲਓ ਵੀ ਖਾਲੀ ਪੇਟ 1 ਲੀਟਰ ਗਰਮ ਪਾਣੀ ਕੋਸਾ ਕੋਸਾ ਘੁੱਟ ਘੁੱਟ ਕਰਕੇ ਪੀਣਾ ਸ਼ੁਰੂ ਕਰੋ ਤਾਂ ਵੀ ਤੁਹਾਨੂੰ ਕਬਜ਼ ਨਹੀਂ ਹੋ ਸਕਦੀ। ਦਿਨ ਦੇ ਵਿੱਚ 15 ਗਲਾਸ ਘੱਟੋ ਘੱਟ ਪਾਣੀ ਦੇ ਘੁੱਟ ਘੁੱਟ ਕਰਕੇ ਪੀਓ ਵੱਖ ਵੱਖ ਟਾਈਮ 'ਤੇ, ਤਾਂ ਵੀ ਤੁਹਾਨੂੰ ਕਬਜ਼ ਨਹੀਂ ਹੋ ਸਕਦੀ। ਰੋਟੀ ਹੈ ਜਿਹੜੀ ਉਹਦਾ 1 ਟਾਈਮ ਬੰਨੋ, ਸਹੀ ਟਾਈਮ 'ਤੇ ਖਾਓ। ਜ਼ਿਆਦਾ ਤੁਸੀਂ ਪ੍ਰੋਟੀਨ ਵਾਲੀਆਂ ਚੀਜ਼ਾਂ ਘੱਟ ਵਰਤੋ, ਜ਼ਿਆਦਾ ਤੁਸੀਂ ਬੈਠਣ ਦਾ ਕੰਮ ਨਾ ਕਰੋ, ਵਿੱਚ ਦੀ ਖੜ੍ਹੇ ਹੋ ਕੇ ਵਿੱਚ ਦੀ ਥੋੜ੍ਹਾ ਘਾਣਾ ਸੈਲ ਕਰੋ ਤਾਂ ਜੋ ਤੁਸੀਂ ਜ਼ਿਆਦਾ ਕਬਜ਼ ਦੇ ਸ਼ਿਕਾਰ ਨਾ ਹੋ ਸਕੋ। ਸੋ ਲੰਮੇ ਸਮੇਂ ਤੋਂ ਕੋਈ ਐਲੋਪੈਥੀ ਦਵਾਈਆਂ ਖਾ ਰਹੇ ਹੋ ਉਹਨਾਂ 'ਚ ਵਿੱਚ ਬ੍ਰੇਕ ਲਾਓ। ਜ਼ਿਆਦਾ ਤੁਸੀਂ ਪਾਣੀ ਵੱਧ ਤੋਂ ਵੱਧ ਪੀਓ, ਅਮਰੂਦ ਹੈ ਉਹਦੀ ਵੱਧ ਵਰਤੋਂ ਕਰੋ, ਸੇਬ ਦੀ ਵਰਤੋਂ ਕਰੋ, ਕੇਲਾ ਹੈ ਉਹਦੀ ਵਰਤੋਂ ਕਰੋ, ਕਿੰਨਾ ਕੁਛ ਹੈ ਕੁਦਰਤ ਦੇ ਵਿੱਚ।
ਗੁਲਾਬ ਦੇ ਫੁੱਲ ਹੈ ਉਹਦੀ ਵੱਧ ਤੋਂ ਵੱਧ ਵਰਤੋਂ ਕਰੋ। ਗੁਲਕੰਦ ਦੀ 1 ਚਮਚਾ ਰਾਤ ਨੂੰ ਦੁੱਧ ਨਾਲ ਲੈ ਲਓ ਤਾਂ ਵੀ ਕਬਜ਼ ਨਹੀਂ ਤੁਹਾਨੂੰ ਕਦੇ ਜ਼ਿੰਦਗੀ ਦੇ ਵਿੱਚ ਹੁੰਦੀ। ਬੜਾ ਕੁਛ ਹੈ ਕੁਦਰਤ ਦੇ ਵਿੱਚ, ਕਹਿਣ ਤੋਂ ਭਾਵ ਤੁਹਾਡੇ ਕੋਲ ਬਹੁਤ ਕੁਛ ਹੈ। ਫਲ ਫਰੂਟ ਵੱਧ ਤੋਂ ਵੱਧ ਵਰਤੋ, ਕੁਛ ਵੀ ਨਹੀਂ ਵਰਤ ਸਕਦੇ, ਪਾਣੀ ਵੱਧ ਤੋਂ ਵੱਧ ਪੀਓ, ਕਬਜ਼ ਰਹਿ ਨਹੀਂ ਸਕਦੀ। ਅਤੇ ਬਾਜ਼ਾਰੀ ਚੀਜ਼ਾਂ ਨੂੰ ਛੱਡ ਦਿਓ, ਜ਼ਿਆਦਾ ਤੇਜ਼ ਮਸਾਲੇ ਵਾਲੀਆਂ ਤਲੀਆਂ ਚੀਜ਼ਾਂ ਤੋਂ ਪਰਹੇਜ਼ ਰੱਖੋ, ਕਿਉਂਕਿ ਕੁਦਰਤ ਨੇ ਤੁਹਾਡੇ ਸਰੀਰ ਨੂੰ ਦਿੱਤਾ ਹੈ ਅਤੇ ਸਰੀਰ ਦੀ ਦੇਖ ਰੇਖ ਕਰੋ। ਇਹਦੇ ਵਿੱਚ ਇੱਦਾਂ ਦੇ ਜ਼ਹਿਰ ਨਾ ਸਿੱਟੋ ਜਿਹਦੇ ਨਾਲ ਇਹ ਖਰਾਬ ਹੁੰਦੀ ਹੈ। ਸੋ ਹਰ ਇੱਕ ਚੀਜ਼ ਖਾਣ ਪੀਣ ਵਾਲੀ ਸੋਚ ਸਮਝ ਕੇ ਖਾਓ, ਇੱਕ ਟਾਈਮ ਰੱਖੋ, ਇਹ ਨਹੀਂ ਵੀ ਜਦੋਂ ਮਰਜ਼ੀ ਖਾਈ ਜਾਓ ਜਦੋਂ ਮਰਜ਼ੀ ਪੀ ਵੀ ਜਾਓ। ਹਰ ਇੱਕ ਚੀਜ਼ ਦਾ, ਇੱਕ ਸਰੀਰ ਦਾ, ਆਪਣੇ ਦਾ ਕੰਟਰੋਲ ਆਪਣੇ ਹੱਥ ਦੇ ਵਿੱਚ ਰੱਖੋ। ਤੰਦਰੁਸਤ ਅਸੀਂ ਤਾਂ ਹੀ ਹੋਵਾਂਗੇ ਜੇ ਆਪਣੀ ਸਿਹਤ ਦੀ ਵੱਲ ਧਿਆਨ ਦੇਵਾਂਗੇ, ਕਿਉਂਕਿ ਸਰੀਰ ਨਾਲ ਹੀ ਸਾਰਾ ਕੁਛ ਹੈ। ਸੋ ਆਓ ਰਲ ਮਿਲ ਕੇ ਆਪਾਂ ਤੰਦਰੁਸਤ ਹੋਈਏ। ਕਬਜ਼ ਦੇ ਬੜੇ ਕਾਰਨ ਨੇ, ਕਬਜ਼ 'ਤੇ ਬੋਲਣ ਲੱਗ ਜਾਈਏ ਅਤੇ ਬੜਾ ਕੁਛ ਬੋਲ ਸਕਦੇ ਹਾਂ, ਪਰ ਵੀਡੀਓ ਲੰਮੀ ਹੋ ਜਾਂਦੀ ਹੈ। ਆਪਣਾ ਮਕਸਦ ਬਸ ਇੰਨਾ ਕੀ ਹੈ, ਤੁਹਾਨੂੰ ਜਿਹੜਾ ਰੋਗ ਹੋ ਗਿਆ ਉਹ ਤੋਂ ਬਚਾਉਣ ਵਾਸਤੇ ਅਤੇ ਜਿਹੜਾ ਹੋ ਗਿਆ ਉਸ ਰੋਗ ਨੂੰ ਕੱਟਣ ਵਾਸਤੇ ਤੁਹਾਡੇ ਤੱਕ ਆਯੁਰਵੇਦ ਦਾ, ਜੜੀ ਬੂਟੀਆਂ ਦਾ ਗਿਆਨ ਪਹੁੰਚਾਉਣਾ ਹੀ ਸਾਡਾ ਮਕਸਦ ਹੈ। ਤੁਹਾਨੂੰ ਕੋਈ ਜ਼ਿਆਦਾ ਲੰਮਾ ਭਾਸ਼ਣ ਦੇਣ ਦੀ ਜਾਂ ਜ਼ਿਆਦਾ ਲੰਮਾ ਸਮਝਾਉਣ ਦੀ ਲੋੜ ਨਹੀਂ ਪੈਂਦੀ। ਸੋ ਆਓ ਰਲ ਮਿਲ ਕੇ ਆਪਾਂ ਤੰਦਰੁਸਤ ਹੋਈਏ। ਜਿੰਨੇ ਵੀ ਸਾਡੇ ਨਾਲ ਜੁੜੇ ਹੋ, ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ। ਜਿੱਥੇ ਆਪ ਇਸ ਗਿਆਨ ਨੂੰ ਸੁਣ ਕੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਦੇ ਹੋ, ਉੱਥੇ ਹੋਰਾਂ ਨੂੰ ਵੀ ਅੱਗੇ ਤੰਦਰੁਸਤ ਹੋਣ ਬਾਰੇ ਦੱਸਿਆ ਕਰੋ, ਦੇਸੀ ਆਯੁਰਵੇਦਿਕ ਜੜੀ ਬੂਟੀਆਂ ਦੇ ਨਾਲ ਜੋੜਿਆ ਕਰੋ, ਤਾਂ ਜੋ ਅਸੀਂ ਘਰ ਘਰ ਦੇ ਵਿੱਚ ਆਪਣੇ ਆਪ ਡਾਕਟਰ ਬਣ ਸਕੀਏ। ਮਾੜੀ ਮਾੜੀ ਗੱਲ 'ਤੇ ਐਲੋਪੈਥੀ ਦਵਾਈਆਂ ਖਾ ਕੇ ਆਪਣਾ ਨੁਕਸਾਨ ਨਾ ਕਰੀਏ। ਸੋ ਆਓ ਰਲ ਮਿਲ ਕੇ ਆਪਾਂ ਸਾਰੇ ਤੰਦਰੁਸਤ ਹੋਈਏ, ਕਿਉਂਕਿ ਕਿਸੇ ਦੁਖੀ ਨੂੰ ਸੁਖੀ ਕਰਨਾ, ਕਿਸੇ ਡਿੱਗੇ ਨੂੰ ਉਠਾਉਣਾ ਅਤੇ ਕਿਸੇ ਰੋਂਦੇ ਨੂੰ ਹਸਾਉਣਾ, ਇਹ ਜੀਵਨ ਦੇ ਮਕਸਦ ਬਣਾਓ। ਆਓ ਸਾਰੇ ਰਲ ਮਿਲ ਕੇ ਆਪਾਂ ਆਪਣੇ ਸਮਾਜ ਨੂੰ, ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਔਰ ਤੰਦਰੁਸਤ ਰੱਖ ਸਕੀਏ। ਵੱਧ ਤੋਂ ਵੱਧ ਰੁੱਖ ਲਾਓ, ਵੱਧ ਤੋਂ ਵੱਧ ਪੇੜ ਪੌਦੇ ਲਾਓ, ਉਹਨਾਂ ਨਾਲ ਪਿਆਰ ਕਰੋ, ਉਹਨਾਂ ਦੀ ਦੇਖ ਰੇਖ ਵੀ ਕਰੋ। ਸੋ ਸਾਰੇ ਜਣੇ ਰਲ ਮਿਲ ਕੇ ਆਪਾਂ ਇਸ ਮੁਹਿੰਮ ਦੇ ਵਿੱਚ ਜੁੜੀਏ, ਤਾਂ ਜੋ ਸਾਰੇ ਆਪਾਂ ਤੰਦਰੁਸਤ ਹੋ ਸਕੀਏ। ਅੱਗੇ ਵੀ ਇਸ ਗਿਆਨ ਨੂੰ ਦੱਸਿਆ ਕਰੋ ਯਾਰ, ਕੋਈ ਆਪਣੀ ਮਾੜੀ ਜੀ ਦੱਸਣ ਨਾਲ ਕਿਸੇ ਦੁਖੀ ਦਾ ਦੁੱਖ ਕੱਟਿਆ ਜਾਵੇ, ਕੋਈ ਦੁਖੀ ਹੈ ਉਹ ਸੁਖੀ ਹੋ ਜਾਏ, ਤਾਂ ਆਪਾਂ ਨੂੰ ਹੋਰ ਕੀ ਆ, ਇਦੋਂ ਵੱਡੀ ਸੇਵਾ ਹੀ ਨਹੀਂ ਕੋਈ ਹੈਗੀ। ਸੋ ਆਓ ਇਹ ਸੇਵਾ ਵੀ, ਇਹ ਵੀ ਬਹੁਤ ਵੱਡੀ ਸੇਵਾ, ਕਿਸੇ ਨੂੰ ਦੁਖੀ ਨੂੰ ਸੁਖੀ ਕਰਨ ਦੀ, ਡਿੱਗੇ ਨੂੰ ਉਠਾਉਣ ਦੀ, ਰੋਂਦੇ ਨੂੰ ਹਸਾਉਣ ਦੀ, ਇਹ ਵੀ ਬਹੁਤ ਵੱਡੀ ਸੇਵਾ ਹੈ। ਉਸ ਮਾਲਕ ਦੇ ਘਰ 'ਚ ਬਹੁਤ ਵੱਡਾ ਫਲ ਮਿਲੇਗਾ ਤੁਹਾਨੂੰ ਵੀ। ਆਓ ਇਹ ਗਿਆਨ, ਜੇ ਕੋਈ ਦੁਖੀ ਹੈ ਕਬਜ਼ ਤੋਂ ਤਾਂ ਉਹਨੂੰ ਜ਼ਰੂਰ ਦੱਸਿਆ ਕਰੋ, ਜੇ ਤੁਹਾਡੇ ਕੋਲ ਪਹੁੰਚ ਪੈਂਦੀ ਹੈ ਤਾਂ ਜ਼ਰੂਰ ਦਵਾਈ ਬਣਾ ਕੇ ਵੀ ਅਗਲੇ ਨੂੰ ਦੇ ਦਿਆ ਕਰੋ। ਸੋ ਤੁਹਾਡਾ ਸਭ ਦਾ ਧੰਨਵਾਦ, ਵਿਦੇਸ਼ਾਂ ਦੇ ਵਿੱਚ ਜਿੰਨੇ ਸਾਡੇ ਨਾਲ ਜੁੜੇ ਹੈ ਉਹਨਾਂ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।